ਇੱਕ ਵਾਰ ਫਿਰ ਸਾਰੇ ਦੋਸਤਾਂ ਨੂੰ ਵੈਲਕਮ ਬੈਕ ਜੀ ਆਇਆਂ ਨੂੰ। ਦੋਸਤੋ, ਜਿਵੇਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਹੋਇਆ ਸੀ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਪਹਿਲੇ ਪਗੜੀਧਾਰੀ ਸਿੱਖ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਸਾਹਿਬ ਦਾ ਜਿਵੇਂ ਹੁਕਮ ਹੈ ਕਿ ਜਿਹੜੀ ਸਾਡੀ ਰਹਿਤ ਮਰਿਆਦਾ ਉਸ ਨੂੰ ਹਜ਼ਾਰਾਂ ਮੀਲ ਦੂਰ ਆ ਕੇ ਵੀ ਆਪਣੇ ਹਿੱਕ ਨਾਲ ਲਾ ਕੇ ਆਪਣੇ ਪਰਛਾਵੇਂ ਵਾਂਗ ਉਸ ਜੀਵਨ ਜਾਚ ਨੂੰ ਜਿਉਣ ਵਾਲੇ ਸਿੱਖ ਸਰਦਾਰ ਮਨਪ੍ਰੀਤ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਮਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਨਪ੍ਰੀਤ ਸਿੰਘ ਜੀ, ਸਟੂਡੀਓ ਦੇ ਵਿੱਚ ਇਸ ਵਕਤ ਮੇਰੇ ਨਾਲ ਵੀਰ ਹਰਮੀਤ ਸਿੰਘ ਹਾਜ਼ਰ ਨੇ, ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਤੋਂ ਹੈ, ਅਤੇ ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਅੱਜ ਇਸ ਮੁਲਾਕਾਤ ਨੂੰ ਮੁਨਕਦ ਕਰ ਰਹੇ ਹਾਂ। ਸਾਨੂੰ ਆਸ ਹੈ ਕਿ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਫ਼ਰ ਤੁਹਾਡਾ ਬਹੁਤ ਖੂਬਸੂਰਤ ਗੁਜ਼ਰਿਆ ਹੋਵੇਗਾ। ਹਾਂਜੀ ਹਾਂਜੀ, ਬਹੁਤ ਸੋਹਣਾ ਮੁਲਕ ਹੈਗਾ ਅਤੇ ਮੈਂ ਫਸਟ ਟਾਈਮ ਨਿਊਜ਼ੀਲੈਂਡ 'ਚ ਆਇਆ। ਮੈਨੂੰ ਈਵਨ 12 ਸਾਲ ਹੋ ਗਏ ਆਸਟ੍ਰੇਲੀਆ ਰਹਿੰਦੇ, ਪਰ ਕਦੀ ਸਬੱਬ ਨਹੀਂ ਬਣਿਆ ਇੱਧਰ ਨਿਊਜ਼ੀਲੈਂਡ ਆਉਣ ਦਾ ਜੀ। ਅਤੇ ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਠੀਕ ਹੈ, ਇੱਧਰ ਨੂੰ ਚੋਗ ਸੱਟੀ, ਇੱਧਰ ਚੋਗ ਚੁੱਗਣ ਵਾਸਤੇ ਆ ਗਏ। ਕਿਆ ਬਾਤ ਹੈ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇੱਥੇ ਆਏ ਹੋਏ ਹੋ। ਹਾਂਜੀ ਹਾਂਜੀ ਹਾਂਜੀ, ਮੇਰੇ ਨਾਲ ਮੇਰੇ ਵਾਈਫ ਨੇ ਅਤੇ ਦੋ ਮੇਰੇ ਨਾਲ, ਇੱਕ ਮੇਰੀ ਵੱਡੀ ਬੇਟੀ ਆ ਜੀ 6 ਸਾਲ ਦੀ ਜੀ, ਛੋਟਾ ਉਹ 2 ਸਾਲ ਦਾ ਹੈਗਾ। ਬਹੁਤ ਅੱਛੇ, ਬਹੁਤ ਅੱਛੇ। ਅੱਛਾ, ਸਬੱਬ ਜਿਹੜਾ ਉਹ ਤੁਹਾਡਾ ਕਦੋਂ ਬਣਿਆ? ਪਹਿਲਾਂ ਜੇਕਰ ਪਿੰਡੋਂ ਤੁਰਨ ਦੀ ਗੱਲ ਆਖੀਏ ਤਾਂ ਮੈਂ ਦੇਖ ਰਿਹਾ ਤੁਸੀਂ ਜਿਹੜੀ ਅਜਿਤਵਾਲ ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਹੈ, ਉੱਥੋਂ ਜਿਹੜਾ ਤੁਹਾਡਾ ਵਿਦਿਆਰਥੀ ਜੀਵਨ ਉੱਥੋਂ ਸਫ਼ਰ ਸ਼ੁਰੂ ਹੁੰਦਾ ਹੈ ਅਤੇ ਬਾਅਦ ਵਿੱਚ ਫਿਰ ਆਸਟ੍ਰੇਲੀਆ ਦਾ ਸਬੱਬ ਬਣਦਾ, ਇਹਦੇ ਬਾਰੇ ਥੋੜ੍ਹੀ ਜਿਹੀ ਜ਼ਰੂਰ ਜਾਣਕਾਰੀ ਦਿਓ। ਹਾਂਜੀ ਹਾਂਜੀ, ਬੇਸਿਕਲੀ ਮੈਂ ਹਰਿਆਣਾ ਤੋਂ ਬਿਲੋਂਗ ਕਰਦਾ ਵਾਂ, ਯਮੁਨਾਨਗਰ ਸ਼ਹਿਰ ਪੈਂਦਾ ਜਗਾਦਰੀ ਯਮੁਨਾਨਗਰ ਜੀ, ਤੇ ਬੋਰਨ ਮੈਂ ਉੱਥੋਂ ਦਾ ਹੈਗਾ ਤੇ ਉਸ ਤੋਂ ਬਾਅਦ ਪੜ੍ਹਾਈ ਕਰਨ ਵਾਸਤੇ ਅਜੇਤਵਾ ਉੱਥੇ ਮੇਰੀ ਇੰਜੀਨੀਅਰਿੰਗ ਹੋਈ। ਅੱਛਾ ਜੀ, ਤੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਮਨ ਦੇ ਵਿੱਚ ਆਇਆ ਕਿ ਮੈਂ ਗੁਰਬਾਣੀ ਸਿੱਖਣੀ ਹੈ, ਤੇ ਫਿਰ ਮੈਂ ਭਾਈ ਮਨੀ ਸਿੰਘ ਜੀ ਟਕਸਾਲ 'ਚ ਚਲ ਗਿਆ 6 ਮਹੀਨੇ ਉੱਥੇ ਬਾਣੀ ਦੀ ਸੰਥਿਆ ਲੈਣ ਤੋਂ ਬਾਅਦ। ਇਹ ਸ੍ਰੀ ਅੰਮ੍ਰਿਤਸਰ ਸਾਹਿਬ? ਹਾਂਜੀ ਹਾਂਜੀ, ਠੀਕ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ, ਉੱਥੇ 6 ਮਹੀਨੇ ਸੇਵਾ ਕਰਨ ਤੋਂ ਬਾਅਦ ਉਦੋਂ ਮੇਰੀ ਨੌਕਰੀ ਲੱਗ ਗਈ ਇੰਡੀਆ ਦੇ ਵਿੱਚ, ਰੇਲ ਟੈਲ ਕਾਰਪੋਰੇਸ਼ਨ, ਇੰਡੀਅਨ ਰੇਲਵੇਜ਼ ਦੀ ਕਾਰਪੋਰੇਸ਼ਨ ਦੇ ਵਿੱਚ। ਅੱਛਾ ਜੀ, ਉੱਥੇ 1.5 ਸਾਲ ਐਜ਼ ਏ ਇੰਜੀਨੀਅਰ ਨੌਕਰੀ ਕਰਕੇ, ਪਰ ਨਾ ਬਾਹਰ ਆਉਣ ਦਾ ਨਾ ਭੂਤ ਹੀ ਚੜ ਗਿਆ। ਉਹ ਕਿੱਦਾਂ ਕਹਿੰਦੇ ਆ, ਕੋਈ ਨਾ ਯਾਰ ਦੋਸਤ ਦੇ ਵਿਆਹ ਤੇ ਗਏ ਜੀ ਟਾਂਡੇਵਾਲ ਨੂੰ, ਤੇ ਉਧਰ ਦੇ ਤੁਹਾਨੂੰ ਪਤਾ 80% ਰਿਸ਼ਤੇਦਾਰੀਆਂ ਬਾਹਰ ਹੀ ਹੁੰਦੀਆਂ ਨੇ, ਉਹਨਾਂ ਦਾ ਰਹਿਣ ਖਹਿਣ ਜਿਹਾ ਵੇਖਿਆ, ਪਤਾ ਨੀ ਆਪ ਹੀ ਭੂਤ ਚੜ ਗਿਆ, ਬਾਹਰ ਚੱਲੀਏ ਭਾਈ। ਠੀਕ ਹੈ, ਇਹ ਤਾਂ ਮੇਰੇ ਤੇ ਕਦੀ ਦਾਦਕੇ ਨਾਨਕੇ ਕੋਈ ਕਦੀ ਬਾਹਰ ਨੀ ਸੀਗਾ। ਅੱਛਾ ਜੀ, ਤੇ ਫਿਰ ਉਹ ਤੋਂ ਬਾਅਦ ਸਟੂਡੈਂਟ ਵੀਜ਼ੇ ਦਾ ਕੰਮ ਚੱਲਦਾ ਸੀਗਾ ਜੀ, ਫਿਰ ਐਜ਼ ਅ ਸਟੱਡੀ ਕਰਨ ਵਾਸਤੇ ਆਏ ਇੱਥੇ ਆਸਟ੍ਰੇਲੀਆ। ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ 2006 ਦੇ ਵਿੱਚ। ਠੀਕ ਹੈ ਠੀਕ ਹੈ, ਅੱਛਾ ਠੀਕ ਹੈ ਠੀਕ ਹੈ। ਅੱਛਾ, ਉਸ ਤੋਂ ਬਾਅਦ ਮੈਂ ਦੇਖ ਰਿਹਾ ਵੀ ਤੁਸੀਂ ਆਸਟ੍ਰੇਲੀਆ ਦਾ ਜਿਹੜਾ ਦੂਰ ਦੁਰਾਡੇ ਦਾ ਇਲਾਕਾ ਜਿੱਥੇ ਪਹਿਲੀਆਂ ਦੇ ਵਿੱਚ ਬਹੁਤ ਥੋੜ੍ਹੇ ਪਰਿਵਾਰ ਰਹਿੰਦੇ ਰਹੇ, 1997 ਦੇ ਵਿੱਚ ਮੈਨੂੰ ਪਰਥ ਜਾਣ ਦਾ ਮੌਕਾ ਮਿਲਿਆ ਅਤੇ ਉਦੋਂ ਗਿਣਤੀ ਦੇ 25 ਪਰਿਵਾਰ ਉੱਥੇ ਰਹਿੰਦੇ ਸੀ, ਹੁਣ ਤਾਂ ਪਰਥ ਵਿੱਚ ਵੀ ਰੰਗ ਭਾਗ ਬਹੁਤ ਲੱਗ ਗਿਆ, ਸੋ ਤੁਸੀਂ ਵੀ ਉੱਥੇ ਪ੍ਰਵਾਸ ਕੀਤਾ? ਹਾਂਜੀ ਹਾਂਜੀ, ਮੈਂ ਪਹਿਲਾਂ ਸਿਡਨੀ ਰਿਹਾ 3 ਸਾਲ। ਅੱਛਾ ਜੀ, ਅਤੇ 2006 ਜਦੋਂ ਆਇਆ ਸੀ ਪਹਿਲਾਂ ਸਿਡਨੀ ਰਹੇ, ਸਿਡਨੀ 1.5 ਸਾਲ ਪਹਿਲਾਂ ਯਾਰਾਂ ਦੋਸਤਾਂ ਨਾਲ ਜਿੱਦਾਂ ਸਾਰੇ ਸ਼ੇਅਰਿੰਗ ਕਰਕੇ ਰਹਿੰਦੇ ਆ ਜੀ ਜੀ, ਤੇ ਫਿਰ ਉਸ ਤੋਂ ਬਾਅਦ ਮਿੰਟੋ, ਉੱਥੇ ਗੁਰਦੁਆਰਾ ਸਾਹਿਬ ਪੈਂਦਾ ਮਿੰਟੋ ਗੁਰੂ ਜੀ 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 ਜੀ, ਲਿਵਰਪੂਲ ਤੋਂ ਗਾਂ। ਹਾਂਜੀ ਹਾਂਜੀ ਹਾਂਜੀ, ਤੇ ਉਹ ਗੁਰੂ ਘਰ ਖੁੱਲੇ ਸੀਗਾ 2007 ਦੇ ਮਿਡ ਦੇ ਵਿੱਚ। ਹਾਂਜੀ, ਤੇ ਉਹ ਭਾਈ ਸਾਹਿਬ ਉੱਥੇ ਦੇ ਉਹ ਚੜ੍ਹਾਈ ਕਰਦੇ ਨੇ ਭਾਈ ਜਸਵਿੰਦਰ ਸਿੰਘ ਜੀ, ਜਿਹੜੇ ਇੱਥੇ ਸੇਵਾ ਕਰਦੇ ਸੀ ਜੀ, ਤੇ ਉਹਦਾ ਮੈਨੂੰ ਕਹਿੰਦੇ ਭਾਈ ਤੂੰ ਸਾਡੇ ਕੋਲ ਹੀ ਆ ਜਾ, ਫਿਰ ਸਟੂਡੈਂਟ ਬੰਦੇ ਨੂੰ ਮਿਲ ਜਾਵੇ ਫ੍ਰੀ ਅਕੋਮੋਡੇਸ਼ਨ ਮਿਲ ਜੇ, ਭਾਈ ਸੇਵਾ ਕਰਨੀ ਹੈਗੀ ਆ, ਉਹ ਕਹਿੰਦੇ ਤੂੰ ਬਾਣੀ ਤੂੰ ਜਾਣਨਾ, ਤਬਲਾ ਤੂੰ ਕੀਰਤਨ ਤੂੰ ਕਰ ਲੈਂਦਾ, ਤੇ ਕਹਿੰਦੇ ਭਾਈ ਨਾਲ ਹੀ ਆ ਜਾ ਸਾਡੇ ਜੀ ਜੀ, ਤੇ ਉੱਥੇ ਬੜੀ ਕਿਰਪਾ ਰਹੀ ਗੁਰੂ ਸਾਹਿਬ ਨੇ, ਬਹੁਤ ਸੋਹਣਾ ਚਲਾਇਆ। ਬਹੁਤ ਅੱਛੇ, ਬਹੁਤ ਵਧੀਆ ਗੱਲ ਹੈ ਜੀ। ਇਹ ਤਾਂ ਗੱਲ ਇੱਦਾਂ ਹੈ ਵੀ ਜਿਹੜਾ ਤੁਹਾਡਾ ਸੁਭਾਅ ਸੀ ਉਹ ਕੁਦਰਤੀ, ਉਸ ਦੇ ਵਿੱਚ ਗੁਣ ਸਨ ਜਿਹੜੇ ਕਿ ਪਰਿਵਾਰਕ ਪੱਖੋਂ ਜਿਹੜੀਆਂ ਤੁਹਾਨੂੰ ਵੈਲਿਊਜ਼ ਮਿਲੀਆਂ, ਜਿਹੜੀਆਂ ਕਦਰਾਂ ਕੀਮਤਾਂ ਮਿਲੀਆਂ, ਤੁਸੀਂ ਉਹਨਾਂ ਨੂੰ ਵਿਦੇਸ਼ ਜਾ ਕੇ ਹਮੇਸ਼ਾ ਆਪਣੇ ਨਾਲ ਰੱਖਿਆ, ਜੀਵਨ ਜਾਤ ਦੇ ਵਿੱਚ ਲਾਗੂ ਕੀਤਾ। ਅੱਛਾ, ਬਾਅਦ ਵਿੱਚ ਫਿਰ ਪਰਿਵਾਰ ਜਿਹੜਾ ਉਸ ਦੀ ਸ਼ੁਰੂਆਤ, ਜਿਵੇਂ ਤੁਹਾਡਾ ਗ੍ਰਹਿਸਥ ਆਸ਼ਰਮ ਦੀ ਸ਼ੁਰੂਆਤ ਜਿਹੜੀ ਉਹ ਕਦੋਂ ਹੋਈ, ਅਤੇ ਫੌਜ ਵਿੱਚ ਜਾਣ ਦਾ ਜਿਹੜਾ ਮਨ ਉਹ ਕਦੋਂ ਬਣਾਇਆ? ਹਾਂਜੀ, ਫੌਜ 'ਚ ਨਾ ਮੈਂ ਇੰਡੀਆ ਤੋਂ ਹੀ ਜਾਣਾ ਚਾਹੁੰਦਾ ਸੀ, ਮੇਰੇ ਸ਼ੁਰੂ ਤੋਂ ਹੀ ਨਾ ਬਚਪਨ ਦੇ ਵਿੱਚ ਸੀਗਾ ਵੀ ਫੌਜ 'ਚ ਜਾਣਾ ਜੀ, ਪਰ ਮੈਂ 13 ਸਾਲ ਦਾ ਹੀ ਮੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਪਾਸ ਅਵੇ ਹੋ ਗਏ। ਓਹੋ, ਤੇ ਉਸ ਫਿਰ ਤੁਹਾਨੂੰ ਉੱਥੇ ਪਤਾ ਬਈ ਔਖਾ ਹੋ ਜਾਂਦਾ, ਕਿਉਂਕਿ ਮੈਂ ਵੱਡਾ ਸੀਗਾ, ਮੇਰਾ ਛੋਟਾ ਭਰਾ ਮੇਰੇ ਤੋਂ 4 ਸਾਲ ਛੋਟਾ ਜੀ, ਤੇ ਉੱਥੇ ਫੌਜ 'ਚ ਕਹਾਣੀ ਬਣੀ ਨੀ ਇੰਡੀਆ ਦੇ ਵਿੱਚ। ਅੱਛਾ ਜੀ, ਤੇ ਫਿਰ ਉਸਲੇ ਇੱਧਰ ਇੰਜੀਨੀਅਰਿੰਗ ਵਗੈਰਾ ਕਰਕੇ ਹੋਰ ਨੌਕਰੀਆਂ ਕੀਤੀਆਂ, ਬਾਹਰ ਆ ਗਏ, ਬਾਹਰ ਆ ਕੇ ਜਦੋਂ ਇੱਥੇ ਪਤਾ ਲੱਗਾ ਕਿ
ਇੱਥੇ ਤੇ 55 ਸਾਲ ਦੀ ਉਮਰ ਤੱਕ ਦੇ ਜਾ ਸਕਦੇ ਹੈਗੇ ਆ ਜੇ ਤੁਸੀਂ ਫਿਟ ਹੈਗੇ ਹੋ, ਹੈਲਦੀ ਹੈਗੇ ਹੋ। ਇੰਡੀਆ ਤੇ ਤੁਹਾਨੂੰ ਪਤਾ 22-23 ਸਾਲ ਤੋਂ ਬਾਅਦ ਜੇ ਤੁਸੀਂ ਜਨਰਲ ਕੈਟੇਗਰੀ ਨਾਲ ਬਿਲੋਂਗ ਕਰਦੇ ਹੈਗੇ ਹੋ, ਜਿਹੜੀਆਂ ਉੱਥੇ ਦੁਨਿਆਵੀ ਜਾਤ ਪਾਤ ਦਾ ਉੱਥੇ ਕੰਮ ਚੱਲਦਾ ਜੀ ਜੀ, ਤੇ ਉਹ ਤੋਂ ਬਾਅਦ ਤੁਹਾਨੂੰ ਕੱਟ ਆਫ ਕਰ ਦਿੰਦੇ ਹੈਗੇ ਆ, ਬਿਲਕੁਲ ਨਹੀਂ ਕਰ ਸਕਦੇ ਹੈਗੇ। ਪਰ ਇੱਥੇ ਤਾਂ ਜਿੱਦਾਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਗਾ, ਕੁਛ ਨਹੀਂ ਗਾ, ਤੁਹਾਨੂੰ ਸਾਰੇ ਰਾਈਟ ਬਰਾਬਰ ਮਿਲਦੇ ਆ। ਡਸਨ ਮੈਟਰ ਤੁਸੀਂ ਭਾਵੇਂ ਇਮੀਗ੍ਰੈਂਟ ਹੋਵੋ, ਸਾਡੇ ਬਾਪ ਦਾਦੇ ਫਸਟ ਵਰਲਡ ਵਾਰ, ਫਿਰ ਸੈਕੰਡ ਵਰਲਡ ਵਾਰ, ਉਸ ਤੋਂ ਬਾਅਦ ਭਾਰਤੀ ਆਰਮੀ, ਭਾਰਤ ਚ ਹੀ ਨਹੀਂ ਇੰਗਲੈਂਡ, ਕੈਨੇਡਾ ਜਾਂ ਹੋਰ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਵਿੱਚ ਵੀ ਸ਼ਾਮਿਲ ਹੁੰਦੇ ਰਹੇ। ਜੇ ਅਸੀਂ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਸਾਡੀ ਜਿਹੜੀ ਪ੍ਰਵਾਸੀ ਪੰਜਾਬੀ ਨੇ ਉਹ ਕਾਫੀ ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿੰਦੇ ਨੇ, 100 ਸਾਲ ਤੋਂ ਉੱਪਰ ਹੋ ਗਿਆ ਪੰਜਾਬੀਆਂ ਦਾ ਪ੍ਰਵਾਸ ਹੋਏ ਨੂੰ। ਲੇਕਿਨ ਜਦੋਂ ਮੈਂ ਮੋਟੇ ਤੌਰ 'ਤੇ ਦੇਖਦਾ ਇਤਿਹਾਸ ਦੇ ਵਿੱਚੋਂ ਕੁਝ ਚਿਹਰੇ ਜਾਂ ਕੁਝ ਨਾਮ ਜਿਹੜੇ ਨੇ ਉਹ ਜ਼ਰੂਰ ਨਜ਼ਰ ਆਉਂਦੇ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਪਰਥ ਦੇ ਵਿੱਚ, ਜਿਹੜੇ ਸਿੰਘ ਸਰਨੇਮ ਦੇ ਨਾਲ ਉਸ ਸਮੇਂ ਦੌਰਾਨ ਆਪਣੀ ਸੇਵਾ ਨਿਭਾਉਂਦੇ ਰਹੇ। ਲੇਕਿਨ ਨਵੇਂ ਪੂਰ ਦੇ ਵਿੱਚੋਂ ਜਦੋਂ ਮੈਂ ਤੁਹਾਡੇ ਵੱਲ ਦੇਖਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਸਾਡੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਸੰਬੰਧਿਤ ਬਹੁਤ ਸਾਰੇ ਮਿੱਤਰ ਜਿਹੜੇ ਨੇ ਉਹ 1999 ਤੋਂ ਲੈ ਕੇ ਉਹਨਾਂ ਦਾ ਪ੍ਰਵਾਸ ਸ਼ੁਰੂ ਹੁੰਦਾ ਹੈ ਪੱਕੇ ਤੌਰ 'ਤੇ, ਜਿਵੇਂ ਤੁਸੀਂ ਜ਼ਿਕਰ ਕੀਤਾ ਸਿਡਨੀ ਰਹੇ, ਤੁਸੀਂ ਬਹੁਤ ਸਾਰੇ ਅਜਿਹੇ ਪ੍ਰਵਾਸੀ ਮਿੱਤਰਾਂ ਨੂੰ ਮਿਲੇ ਹੋਵੋਗੇ। ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਵੀ ਆ, ਪਰ ਤਸੱਲੀ ਦੀ ਗੱਲ ਵੀ ਹੈ ਕਿ ਇੱਕ ਪਗੜੀਧਾਰੀ ਸਾਬਤ ਸੂਰਤ ਸਿੱਖ ਜਿਹੜਾ ਹੈ ਉਸ ਨੂੰ ਆਸਟ੍ਰੇਲੀਆ ਦੀ ਆਰਮੀ ਦੇ ਵਿੱਚ ਥਾਂ ਮਿਲਿਆ। ਲੇਕਿਨ ਇਹ ਕਾਫੀ ਡਿਲੇ ਨਹੀਂ ਹੋ ਗਈ ਦੇਖਿਆ ਜਾਵੇ ਤਾਂ ਇਸ ਮਾਮਲੇ 'ਚ? ਹਾਂਜੀ ਹਾਂਜੀ, ਮੈਂ ਵੀ ਇਹ ਸੋਚਦਾ ਸੀਗਾ ਵੀ ਆਪਣੇ ਬੰਦਿਆਂ ਨੇ ਇੰਨਾ ਜ਼ਿਆਦਾ ਕੀਤਾ ਨਹੀਂ, ਤਾਂ ਹੀ ਗਏ ਵੀ ਹੈਗੇ ਆ ਆਰਮੀ ਦੇ ਵਿੱਚ, ਪਰ ਉਹ ਬਹੁਤ ਜ਼ਿਆਦਾ ਉਸ ਵੇਲੇ ਆਏ ਨਹੀਂ ਨਿਊਜ਼ ਵਗੈਰਾ ਦੇ ਵਿੱਚ, ਜਾਂ ਮੇਰੇ ਖਿਆਲ ਤੋਂ ਉਸ ਵੇਲੇ ਮੀਡੀਆ ਦੀ ਘਾਟ ਸੀ ਜਾਂ ਕਿੱਦਾਂ, ਰੱਬ ਜਾਣੇ ਕੀ ਕਹਾਣੀ ਸੀ। ਹੁਣ ਤਾਂ ਜਿੱਦਾਂ ਸੋਸ਼ਲ ਮੀਡੀਆ ਵੀ ਹੈਗੀ ਆ, ਆਪਣੇ ਰੇਡੀਓ ਚੈਨਲ ਵੀ ਹੋ ਗਿਆ ਪੰਜਾਬੀਆਂ ਦੇ, ਤੇ ਮੈਨੂੰ ਕਈ ਮਿਲੇ ਹੈਗੇ, ਕਿਉਂਕਿ ਅਸੀਂ ਜਿੱਦਾਂ ਵਟਸਐਪ ਗਰੁੱਪ ਸਾਰਿਆਂ ਬਣਾਇਆ ਹੋਇਆ, ਜਿੰਨੇ ਅਸੀਂ ਸਮਝੋ ਨਾਮ ਦੇ ਨਾਲ ਸਿੰਘ ਲੱਗਦਾ, ਭਾਵੇਂ ਦਸਤਾਰ ਬੰਨਦੇ ਆ ਜਾਂ ਨਹੀਂ ਬੰਨਦੇ ਹੈਗੇ, ਅਸੀਂ ਵਟਸਐਪ ਗਰੁੱਪ ਬਣਾਇਆ, ਅਸੀਂ ਆਪਸ ਵਿੱਚ ਕੰਟੈਕਟ 'ਚ ਰਹਿੰਦੇ ਹਾਂ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਇੱਕ ਦੂਜੇ ਨਾਲ ਕੰਸਲਟ ਕਰ ਲਈਦਾ। ਤੇ ਉਹ ਮੈਨੂੰ ਇੱਕ ਦੋ ਇੱਦਾਂ ਦੇ ਮਿਲੇ ਹੈਗੇ ਆ, ਭਾਈ ਸਾਹਿਬ ਗੋਬਿੰਦ ਸਿੰਘ ਨਾਮ ਹੈਗਾ। ਅੱਛਾ ਜੀ। ਤੇ ਉਹ ਉਹਨਾਂ ਨੇ ਸਰਵ ਕੀਤਾ, ਉਹ 2000-2001 ਦੇ ਵਿੱਚ ਐਨਲਿਸਟਮੈਂਟ ਉਹਨਾਂ ਦੀ ਹੋਈ ਸੀ, ਹੁਣ ਉਹ ਸਰਵ ਕਰ ਚੁੱਕੇ ਹੈਗੇ ਆ। ਇੱਕ ਭੈਣ ਜੀ ਪਰਸ ਤੋਂ ਹੀ ਹੈਗੇ ਆ, ਉਹ ਐਜ਼ ਅ ਆਫਿਸਰ ਰਹੇ ਆ ਇੱਧਰ ਏਅਰਫੋਰਸ ਦੇ ਵਿੱਚ। ਵੈਰੀ ਗੁੱਡ, ਵੈਰੀ ਗੁੱਡ। ਤੇ ਬਈ ਰਹੇ ਆ, ਪਰ ਉਸ ਵੇਲੇ ਇੰਨੇ ਜ਼ਿਆਦਾ ਖ਼ਬਰਾਂ 'ਚ ਆਏ ਨਹੀਂ, ਚਰਚਾ ਨਹੀਂ ਰਹੀ। ਬਿਲਕੁਲ ਬਿਲਕੁਲ, ਮੈਂ ਦੇਖ ਰਿਹਾ ਹੁਣ ਜੇ ਅਸੀਂ ਪੁਲਿਸ ਦੀ ਵੀ ਗੱਲ ਕਰਦੇ ਹਾਂ ਮਨਪ੍ਰੀਤ ਜੀ, ਅਤੇ ਵਿਕਟੋਰੀਆ ਦੀ ਪੁਲਿਸ ਦੇ ਵਿੱਚ ਵੀ ਇੱਕ ਜਿਹੜੇ ਕੇਸ ਕੀ ਸਜਾਈ ਹੋਈ ਸਿੰਘਣੀ ਹੈ, ਮੈਂ ਉਸਦੀ ਫੋਟੋ ਵੀ 2 ਸਾਲ ਪਹਿਲਾਂ ਮੈਨੂੰ ਦੇਖਣ ਦਾ ਮੌਕਾ ਮਿਲਿਆ, ਔਰ ਸਿੱਖ ਖੇਡਾਂ ਦੇ ਵਿੱਚ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਔਰ ਇਹ ਜਿਹੜੀ ਖਾਸ ਤੌਰ 'ਤੇ ਜਿਹੜੀ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਦਲੇਰੀ ਹੈ, ਜਿਹੜੀ ਵਾਰਸਲ ਕੌਮ ਹੈ ਸਿੱਖਾਂ ਦੀ, ਜਦੋਂ ਤੁਸੀਂ ਇਹਨਾਂ ਵੱਲ ਦੇਖਦੇ ਹੋ ਤਾਂ ਇਹਨਾਂ ਦਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਹਾਲੇ ਓਨਾ ਜ਼ਿਆਦਾ ਵੱਡਾ, ਜਿਹੜਾ ਜੇ ਗਿਣਤੀ ਦੇ ਪੱਖ ਤੋਂ ਦੇਖੀਏ ਤਾਂ ਓਨਾ ਜ਼ਿਆਦਾ ਉਤਸ਼ਾਹ ਸ਼ਾਇਦ ਸਾਡੇ ਨੌਜਵਾਨਾਂ 'ਚ ਜਾਂ ਮੁਟਿਆਰਾਂ 'ਚ ਨਹੀਂ ਹੈ। ਲੇਕਿਨ ਜਿਹੜੇ ਤੁਹਾਡੇ ਵਰਗੇ ਸੱਜਣ ਨੇ, ਜਿਹੜੇ ਰੋਲ ਮਾਡਲ ਨੇ, ਉਹਨਾਂ ਨੂੰ ਦੇਖ ਕੇ ਜਾਂ ਇੱਥੇ ਸਾਡੇ ਜੇ ਅਸੀਂ ਦੇਖੀਏ ਨਿਊਜ਼ੀਲੈਂਡ ਦੇ ਵਿੱਚ ਸਾਡੇ ਸਿੱਖ ਸਰਦਾਰ ਜਿਹੜੇ ਏਅਰਫੋਰਸ ਦੇ ਵਿੱਚ ਨੇ, ਬੀਰਬਿਆਨ ਸਿੰਘ ਬੈਂਸ ਜਾਂ ਹੋਰ ਜਿਹੜੇ ਸੱਜਣ ਜਿਹੜੇ ਕਿ ਸਾਬਤ ਸੂਰਤ ਨੇ, ਇਹਨਾਂ ਨੂੰ ਦੇਖ ਕੇ ਉਤਸ਼ਾਹ ਜ਼ਰੂਰ ਜਾਗੇਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਮੈਂ ਦੇਖ ਰਿਹਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਸੀਂ ਫੌਜ ਦੇ ਮੈਂਬਰ ਬਣੇ ਆਸਟ੍ਰੇਲੀਆ ਦੇ ਵਿੱਚ, ਅਤੇ ਉਹਨੀ ਦਿਨੀ ਤੁਹਾਨੂੰ ਥੋੜ੍ਹੇ ਜਿਹੇ ਬੈਰੀਅਰ ਕ੍ਰੋਸ ਕਰਨੇ ਪਏ, ਉਹਨਾਂ ਬਾਰੇ ਚਰਚਾ ਜ਼ਰੂਰ ਕਰੋ। ਹਾਂਜੀ, ਮੇਰੇ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ, ਉਹਨਾਂ ਨੇ ਮਾਰਚ ਵਗੈਰਾ ਕੀਤਾ ਹੋਇਆ ਸੀਗਾ, ਉਹ ਆਲਰੇਡੀ ਸਰਵ ਕਰਦੇ ਸੀਗੇ ਉਸ ਵੇਲੇ, ਸਿਡਨੀ ਤੋਂ ਬਿਲੋਂਗ ਕਰਦੇ ਸੀ। ਤੇ ਪਰ ਜਦੋਂ ਮੈਂ 2013 ਦੇ ਵਿੱਚ ਫਸਟ ਟਾਈਮ ਗਿਆ ਉੱਥੇ, ਆਪਣੀ ਜਿਹੜੀ ਸਾਡੀ ਰਿਕਰੂਟ ਟ੍ਰੇਨਿੰਗ ਹੁੰਦੀ ਆ ਜੀ, ਹੁੰਦੀ ਆ ਨਿਊ ਸਾਊਥ ਵਿੱਚ, ਸ਼ਹਿਰ ਪੈਂਦਾ ਵਾਗਾ ਵਾਗਾ ਜੀ ਜੀ ਜੀ। ਤੇ ਉੱਥੇ ਜਦੋਂ ਮੈਂ ਟ੍ਰੇਨਿੰਗ ਕਰਨ ਵਾਸਤੇ ਗਿਆ ਤੇ ਉਹ ਟ੍ਰੇਨਿੰਗ ਦੇ ਦੌਰਾਨ ਹੀ ਨਾ ਇੱਕ ਰੂਲ ਚੇਂਜ ਹੋਇਆ। ਅੱਛਾ ਜੀ। ਉਹ ਸਭ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਕਿਉਂਕਿ ਮੈਂ ਟ੍ਰੇਨਿੰਗ ਦਿੱਤੀ ਸੀ ਉਸ ਜੀ ਜੀ। ਤੇ ਉਹ ਮੈਨੂੰ, ਮੇਰਾ ਜਿਹੜਾ ਸੈਕਸ਼ਨ ਕਮਾਂਡਰ ਸੀਗਾ ਮੈਨੂੰ ਕਹਿੰਦਾ ਤੁਹਾਡੇ ਸਿੱਖਾਂ ਵਾਸਤੇ ਨਵਾਂ ਰੂਲ ਆਇਆ। ਓਕੇ। ਕਿ ਕੀ ਕਹਿੰਦਾ, ਆ ਜਿਹੜੀ ਮਾਰਚ ਆਊਟ ਪਰੇਡ ਹੋਣੀ ਹੈ ਨਾ, ਜਾਂ ਅੱਜ ਤੋਂ ਬਾਅਦ ਜਿਹੜੀ ਵੀ ਸੈਰੇਮੋਨੀਅਲ ਪਰੇਡ ਹੋਣੀ ਆ ਤੇ ਤੈਨੂੰ ਟੋਪੀ ਪਾਉਣੀ ਪਊਗੀ। ਓ। ਮੈਂ ਕਿਹਾ ਨਹੀਂ ਯਾਰ, ਏਦਾਂ ਨਹੀਂ ਹੋ ਸਕਦਾ। ਮੈਂ ਸੋਚਿਆ ਵੀ ਮਜ਼ਾਕ ਕਰ ਰਹੇ ਆ ਕੁਛ ਗੱਲ, ਜਿੱਦਾਂ ਗੋਰਿਆਂ 'ਚ ਜੋ ਬਣ ਜਾਂਦੀ ਯਾਰ ਦੋਸਤ ਜਾਂ ਕੁਛ, ਜਾਂ ਉਹ ਮਜ਼ਾਕ ਕਰਨਾ ਸ਼ੁਰੂ ਕਰ ਦਿੰਦੇ ਹੈਗੇ। ਤੇ ਹਾਂ, ਕਹਿੰਦਾ ਨਹੀਂ ਪਾਉਣੀ ਪੈਣੀ, ਕਹਿੰਦਾ ਨਹੀਂ। ਉਹਨੇ ਮੈਨੂੰ ਪ੍ਰਿੰਟ ਆਊਟ ਲਿਆ ਕੇ ਦਿੱਤਾ, ਜੋ ਮੈਂ ਵੇਖਿਆ ਤੇ ਮੈਂ ਥੋੜਾ ਸ਼ੌਕ ਜਿਹਾ ਹੋ ਗਿਆ ਜੀ। ਮੈਂ ਕਿਹਾ ਇਟਸ ਨੋਟ ਗੋਨਾ ਹੈਪਨ। ਆ ਵੈਸੇ ਵੀ ਤੁਹਾਡੀ ਡ੍ਰੀਮ ਜੌਬ ਸੀ, ਤੁਸੀਂ ਇਦਾਂ ਕਦੇ ਸੋਚਿਆ ਨਹੀਂ ਸੀ ਜਦੋਂ ਤੁਸੀਂ ਭਰਤੀ ਹੋਏ ਵੀ ਇਸ ਤਰ੍ਹਾਂ ਦਾ ਕੋਈ ਰੂਲ ਜਿਹੜਾ ਉਹ ਇੱਕਦਮ ਥੋਪਿਆ ਜਾ ਸਕਦਾ।
ਮੈਂ ਉੱਥੇ 90-95 ਹਜ਼ਾਰ ਸਲਾਨਾ ਕਮਾਉਂਦਾ ਸੀਗਾ ਜਿਹੜੀ ਪਹਿਲੀ ਨੌਕਰੀ ਵਿੱਚ ਜੀ, ਤੇ ਮੈਂ ਉਹ ਛੱਡ ਕੇ ਤੇ ਆਰਮੀ ਚ ਗਿਆ। ਇਹ ਸੀਗਾ ਵੀ ਚਲੋ ਦਸਤਾਰ ਨੂੰ ਪ੍ਰਮੋਟ ਕੀਤਾ ਜਾਵੇ, ਬਹੁਤ ਅੱਛਾ, ਬਹੁਤ ਵਧੀਆ। ਆਪਣੇ ਪੰਜ ਕਕਾਰ ਜਿਹੜੇ ਨੇ ਇਹਨਾਂ ਨੂੰ ਦੱਸਿਆ ਜਾਵੇ, ਲੋਕਾਂ ਨੂੰ ਨਹੀਂ ਪਤਾ ਇਸ ਚੀਜ਼, ਨਹੀਂ ਪਤਾ ਜੀ, ਦੂਰ ਦੁਰਾਡੇ ਖੇਤਰਾਂ ਚ ਤਾਂ ਬਿਲਕੁਲ ਨਹੀਂ ਪਤਾ। ਅਸੀਂ ਉਹਨਾਂ ਨੂੰ ਰੇਸਿਸਟ ਕਹਿੰਦੇ ਹੈਗੇ ਆ, ਮੈਂ ਰੇਸਿਸਟ ਨਹੀਂ ਕਹਿੰਦਾ, ਮੈਂ ਅਨਅਵੇਅਰ ਕਹਿੰਦਾ। ਵੈਲ ਸੈਡ। ਜੇ ਉਹਨਾਂ ਨੂੰ ਅਸੀਂ ਦੱਸਾਂਗੇ ਨਹੀਂ, ਪਤਾ ਹੀ ਨਹੀਂ ਹੋਊਗਾ, ਤੇ ਅਸੀਂ ਉਹ ਕਿਉਂਕਿ ਸਾਡੀ ਲੁੱਕ ਡਿਫਰੈਂਟ ਆ ਜੀ ਜੀ, ਉਹ ਇਹ ਚੀਜ਼ ਨੂੰ ਕਹਿੰਦੇ ਕਿ ਹੁਣ ਮੈਂ ਕਰੈਕਸ਼ਨ ਡਿਪਾਰਟਮੈਂਟ ਚ ਜੋਬ ਕਰਦਾ ਜੀ ਇੱਥੇ, ਮੈਂ ਕਿਉਂਕਿ ਆਰਮੀ ਦੇ ਵਿੱਚ ਐਜ਼ ਅ ਰਿਜ਼ਰਵ ਹੈਗਾ ਜੀ ਜੀ ਜੀ, ਰਿਜ਼ਰਵ ਆਰਮੀ ਦੇ ਨਾ ਜੀ, ਤੇ ਮੈਂ ਪਹਿਲਾਂ ਫੁੱਲ ਟਾਈਮ ਗਿਆ ਸੀਗਾ। ਓਕੇ। ਆਪਣੀ ਉਹ ਨੌਕਰੀ ਛੱਡ ਕੇ ਜਿਹੜੀ ਪਹਿਲੀ ਨੌਕਰੀ ਮੈਂ ਬੱਸ ਡਿਪਾਰਟਮੈਂਟ ਚ ਕਰਦਾ ਸੀ ਐਜ਼ ਅ ਟ੍ਰੈਫਿਕ ਕੰਟਰੋਲਰ, ਉਹ ਛੱਡ ਕੇ ਤੇ ਮੈਂ ਆਰਮੀ ਚ ਗਿਆ ਫੁੱਲ ਟਾਈਮ, ਫਿਰ ਮੈਨੂੰ ਉਹ ਵੀ ਛੱਡਣੀ ਪਈ। ਉਹ ਉਸ ਵੇਲੇ ਕੀ ਹੋਇਆ ਕਿ ਮੈਂ ਬੜਾ ਦੁਚਿੱਤੀ ਪੈ ਗਿਆ ਜਦੋਂ ਨਵਾਂ ਰੂਲ, ਮੈਂ ਕਿਹਾ ਯਾਰ ਮੈਂ ਉਹ ਨੌਕਰੀ ਵੀ ਛੱਡ ਕੇ ਆਇਆ ਹਾਂਜੀ, ਤੇ ਇੱਧਰ ਵੀ ਪੰਗਾ ਪੈ ਗਿਆ ਜੀ, ਤੇ ਆਹ ਕੰਮ ਮੇਰੇ ਤੋਂ ਹੋਣਾ ਨੀਗਾ। ਤੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਨੂੰ, ਮੈਂ ਕਿਹਾ ਭਾਈ ਦੇਖਦੇ ਹਾਂ। ਉਸ ਵੇਲੇ ਮੈਂ ਵੀਰ ਜੀ ਨੇ ਹਰਜੀਤ ਸਿੰਘ ਜੀ, ਉਹ ਯੂਨਾਈਟਿਡ ਸਿੱਖਸ ਦੇ ਨਾਲ ਕਰਦੇ ਬਿਲੋਂਗ। ਅੱਛਾ ਜੀ। ਤੇ ਮੈਂ ਉਹਨਾਂ ਨੂੰ ਵੀ ਦੱਸਿਆ ਵੀ ਏਦਾਂ ਏਦਾਂ ਕਹਾਣੀ ਹੈ, ਕਹਿੰਦੇ ਕੋਈ ਨੀ ਮੈਂ ਕਰਦਾ ਗੱਲ। ਉਹ ਦੂਜੇ ਬੰਨੇ ਆਰਮੀ ਜਿਹੜੇ ਪਾਦਰੀ ਹੁੰਦੇ ਨੇ ਨਾ, ਹਾਂਜੀ, ਡਿਫੈਂਸ ਦੇ ਪਾਦਰੀ ਜੀ ਜੀ ਜੀ, ਮੈਂ ਉਹਨਾਂ ਨੂੰ ਕੋਲ ਗਿਆ, ਮੈਂ ਕਿਹਾ ਬਈ ਤੁਸੀਂ ਸਿੱਖ ਧਰਮ ਬਣ ਜਾਂਦੇ ਹੋ? ਹਾਂਜੀ। ਤੇ ਉਹ ਬੰਦਾ ਬਹੁਤ ਚੰਗਾ ਸੀ, ਤੇ ਉਹ ਕਹਿੰਦਾ ਹਾਂ, ਕਹਿੰਦਾ ਮੈਂ ਪੜਿਆ ਹੋਇਆ। ਮੈਂ ਕਿਹਾ ਤੈਨੂੰ ਪਤਾ ਵੀ ਅਸੀਂ ਦਸਤਾਰ ਬੰਨਦੇ? ਜੀ ਜੀ। ਕਹਿੰਦਾ ਹਾਂ। ਤੇ ਮੈਂ ਕਿਹਾ ਯਾਰ ਆਹ ਫਿਰ ਨਵਾਂ ਰੂਲ, ਮੇਰੇ ਕੋਲ ਪ੍ਰਿੰਟ ਆਊਟ ਮੇਰੇ ਹੱਥੇ ਸੀ, ਮੈਂ ਕਿਹਾ ਭਾਈ ਆਹ ਨਵਾਂ ਰੂਲ ਕੱਢਿਆ, ਮੈਂ ਕਿਹਾ ਤੈਨੂੰ ਪਤਾ ਇਹ ਮੇਰੇ ਤੋਂ ਹੋਣਾ ਨੀ। ਮੈਂ ਉਦਾਂ ਹੀ ਕਿਹਾ, ਮੈਂ ਕਿਹਾ ਵੀ ਮੈਂ ਵੀ ਸਟ੍ਰੈਸ ਲੈ ਰਿਹਾ ਵਾ, ਤੇ ਮੇਰੀ ਮੈਂ ਆਪਣੀ ਜਿਹੜੀ ਆ ਟ੍ਰੇਨਿੰਗ ਆ ਉਹ ਲੈਕ ਕਰ ਰਿਹਾ ਵਾ। ਉਹ ਤਾਂ ਕੁਦਰਤੀ ਗੱਲ ਆ। ਮੈਂ ਹਾਂਜੀ, ਮੈਂ ਕਿਹਾ ਵੀ ਮੈਂ ਹਰ ਵੇਲੇ ਉਸ ਬਾਰੇ ਸੋਚਣਾ ਕਿ ਮੇਰੇ ਤੋਂ ਇਹ ਕੰਮ ਹੋਣਾ ਨੀ ਜੀ। ਤੇ ਉਹ ਕਹਿੰਦਾ ਤੂੰ ਚਿੰਤਾ ਨਾ ਕਰ, ਕਹਿੰਦਾ ਕੋਈ ਹੱਲ ਕਰ ਦਿਆਂ। ਮੈਂ ਕਿਹਾ ਵੀ ਬਹੁਤੀ ਗੱਲ ਹੈਗੀ, ਜੇ ਨਾ ਕੱਢ ਸਕੇ ਹੱਲ ਤੇ ਫਿਰ ਮੈਂ ਰਿਜ਼ਾਈਨ ਕਰ ਦਿਆਂਗਾ, ਮੈਨੂੰ ਭਾਵੇਂ ਅੱਜ ਤੁਸੀਂ ਰਿਲੀਜ਼ ਕਰ ਦਿਓ, ਮੈਂ ਤਾਂ ਤੁਹਾਡੇ ਤੋਂ ਟਿਕਟ ਵੀ ਨੀ ਮੰਗਦਾ, ਮੈਨੂੰ ਮੈਂ ਤਾਂ ਘਰ ਜਾਣ ਨੂੰ ਰੈਡੀ ਹੈਗਾ। ਠੀਕ ਹੈ। ਉਹ ਕਹਿੰਦੇ ਨਹੀਂ, ਕਹਿੰਦੇ ਇੰਨੀ ਕੋਈ ਗੱਲ ਦਿੱਤੇ ਅਸੀਂ ਆਪਣਾ ਇੱਕ ਸੋਲਜਰ, ਕਹਿੰਦੇ ਅਸੀਂ ਵੇਸਟ ਨਹੀਂ ਕਰ। ਬਿਲਕੁਲ ਬਿਲਕੁਲ, ਬਹੁਤ ਵੱਡੀ ਗੱਲ ਆ ਜੀ। ਮੈਂ ਇਨ ਦਾ ਮੇਨ ਟਾਈਮ ਦੇਖ ਰਿਹਾ, ਜਿਹੜਾ ਬਾਅਦ ਵਿੱਚ ਫਿਰ ਅਮੈਂਡਮੈਂਟ ਹੁੰਦੀ ਆ ਉਹਦੇ ਵਿੱਚ ਬੜਾ ਸਾਫ ਸਾਫ ਲਿਖਿਆ, ਟਰਬਨ ਵੋਰਨ ਬਾਏ ਸਿੱਖ ਰਿਲੀਜੀਅਸ ਮੈਂਬਰ ਇਜ਼ ਨੋਟ ਟੂ ਬੀ ਰਿਮੂਵਡ ਵਾਇਲ ਵੇਅਰਿੰਗ ਯੂਨੀਫਾਰਮ ਐਕਸੈਪਟ ਇਨ ਦਾ ਸਰਕਮਸਟਾਂਸਿਸ। ਅੱਗੇ ਜਾ ਕੇ ਉਹ ਸਾਰੇ ਜਿਹੜੇ ਉਹ ਡਿਟੇਲ ਦਿੱਤੀਆਂ ਹੋਈਆਂ, ਅਤੇ ਨਾਲ ਉਹਨਾਂ ਨੇ ਇਹ ਵੀ ਲਿਖ ਦਿੱਤਾ ਵੀ ਇਨ ਐਡੀਸ਼ਨ ਵੈਨ ਰਿਪੋਰਟਿੰਗ ਔਨ ਡਿਊਟੀ ਐਂਡ ਵੇਅਰਿੰਗ ਸਿਵਿਲੀਅਨ ਕਲੋਥਿੰਗ ਦਾ ਸਿਵਿਲੀਅਨ ਟਰਬਨ ਇਜ਼ ਨੋਟ ਟੂ ਬੀ ਰਿਮੂਵਡ, ਹੈਟ ਬੈਜਸ or patches are not to be worn on a civilian turban, the turban is not to be removed in the following circumstances. ode vich ve thoda jehda parade wala mudda aya oh vi unhone utthe ja ke oda hal kar ditta। ਹਾਂਜੀ 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 ਬਿਲਕੁਲ। ਅੱਛਾ, ਇਹਨੂੰ ਇੱਕ ਵੱਡੀ ਪ੍ਰਾਪਤੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ 2013 ਦੀ ਘਟਨਾ ਤੁਸੀਂ ਸਾਰੀ ਦੱਸੀ ਹੈ, ਇਸ ਤੋਂ ਬਾਅਦ ਚਲੋ ਸਾਰਾ ਕੁਝ ਬੜੀ ਕਿਰਪਾ ਰਹੀ ਔਰ ਤੁਸੀਂ ਉਦਮ ਕੀਤਾ ਔਰ ਬੜੇ ਲੋਕਾਂ ਦਾ ਸਹਿਯੋਗ ਰਿਹਾ, ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਲੇਕਿਨ ਉਸ ਤੋਂ ਬਾਅਦ ਵਿੱਚ ਜਿਹੜੀ ਸਾਡੇ ਪੰਜਾਬੀ ਮੂਲ ਦੇ ਜਾਂ ਪ੍ਰਵਾਸੀ ਜਿਹੜੇ ਲੋਕ ਨੇ, ਚਾਹੇ ਉਹ ਕਿਸੇ ਵੀ ਵੱਖਰੀ ਪਛਾਣ ਦੇ ਨਾਲ ਹੋਣ, ਉਹਨਾਂ ਨੇ ਆਸਟ੍ਰੇਲੀਅਨ ਫੌਜ ਦੇ ਵਿੱਚ ਸਾਡੀਆਂ ਮੁਟਿਆਰਾਂ ਨੇ ਜਾਂ ਨੌਜਵਾਨਾਂ ਨੇ, ਉਹਨਾਂ ਦੀ ਇਸ ਵੇਲੇ ਹਾਲਾਤ ਕੀ ਨੇ, ਕੀ ਸਿਚੁਏਸ਼ਨ ਹੈ? ਹੁਣ ਬਹੁਤ ਪੋਜ਼ਿਟਿਵ ਫੀਲ ਕਰਦੇ ਹੈਗੇ ਆ। ਮੈਨੂੰ ਕਾਫੀ ਫੋਨ ਆਉਂਦੇ ਆਪਣੇ ਪੰਜਾਬੀ ਬੰਦਿਆਂ ਤੋਂ, ਇੱਥੇ ਮੈਲਬਰਨ ਤੋਂ, ਸਿਡਨੀ ਤੋਂ ਕਾਫੀ ਜਣਿਆਂ ਨੇ, ਦਸਤਾਰਧਾਰੀ ਵੀ ਨੇ ਵੀਰ ਜੀ, ਨਵੇਂ ਰਿਕਰੂਟ ਹੋਏ ਵੀ ਨਵਦੀਪ ਸਿੰਘ, ਵੀਰ ਕਰਨਜੀਤ ਸਿੰਘ, ਇਹਨਾਂ ਨੇ ਕੀ ਨਾਂ, ਸਾਰੇ ਐਨਲਿਸਟ ਹੁਣ ਸਰਵ ਕਰਦੇ ਹੈਗੇ ਆ ਜੀ। ਮੈਨੂੰ ਈਵਨ ਇਸ ਤੋਂ, ਇਹਨਾਂ ਤੋਂ ਇਲਾਵਾ ਵੀ ਬਹੁਤ ਫੋਨ ਆਏ, ਤੇ ਮੈਂ ਉਹਨਾਂ ਸਾਰਿਆਂ ਦੱਸਿਆ, ਮੈਂ ਕਿਹਾ ਭਾਈ ਏਦਾਂ ਏਦਾਂ ਕਹਾਣੀ ਹੈਗੀ ਆ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਗਾ ਤੁਹਾਨੂੰ, ਏਦਾਂ ਦੇਖੋ ਸਟੂਪਿਡ ਹਰ ਥਾਂ ਹੁੰਦੇ ਆ ਜੀ ਜੀ, ਠੀਕ ਹੈ ਨੀ, ਕਈਆਂ ਦੀ ਆਦਤ ਹੀ ਹੁੰਦੀ ਆ। ਮੈਂ ਕਹਿੰਦਾ ਜੇ ਤੁਸੀਂ ਰੇਸਿਜ਼ਮ ਦੀ ਗੱਲ ਕਰਦੇ ਹੋ, ਕਹਿੰਦੇ ਸਾਡੇ ਨਾਲ ਵੱਡੇ ਰੇਸਿਸਟ ਕੋਈ ਨਹੀਂ, ਅਸੀਂ ਤੇ ਆਪਣੇ ਮੁਲਕ ਦੇ ਬੰਦੇ ਜਿਹੜੇ ਬਿਹਾਰ ਤੋਂ ਆਉਂਦੇ ਉਹਨਾਂ ਨਾਲ ਅਸੀਂ ਕਰਦੇ ਹਾਂ, ਬਹੁਤ ਲੋਕਾਂ ਨਾਲ ਕਰਦੇ ਹਾਂ, ਇਹ ਚ ਕੋਈ ਸ਼ੱਕ ਨਹੀਂ। ਜੇ ਅਸੀਂ ਆਪਣੇ ਆਪ ਨੂੰ ਇੰਡੀਅਨ ਕਹਿੰਦੇ ਹਾਂ ਉਹ ਵੀ ਇੰਡੀਅਨ ਨੇ, ਜੇ ਤੁਹਾਨੂੰ ਸਾਊਥ ਇੰਡੀਆ ਜੇ ਤੁਸੀਂ ਉਹਨੂੰ ਮਾੜਾ ਵੇਖਦੇ ਜੀ ਜੀ, ਇਹ ਤਾਂ ਜਿਹੜੀ ਮਨ ਦੇ ਵਿੱਚ ਜਿਹੜੀ ਮਹਿਲ ਹੈਗੀ ਹੈ ਨਾ, ਇਹ ਮਹਿਲ ਕਿਸੇ ਦੇ ਵੀ ਆ ਸਕਦੀ ਹੈਗੀ। ਬਿਲਕੁਲ ਬਿਲਕੁਲ,
ਠੀਕ ਹੈ ਜਿਹੜੀ ਹੋਮੇ ਦੀ ਜਾਂ ਉਹ ਸਾਡੇ ਮੁਲਕ ਵਿੱਚ ਨੇ ਜਾਂ ਇਹਦੇ ਵਿੱਚ ਉਹ ਆਸ ਕਰੀਗੀ ਉਹ ਭਾਈ ਅਸੀਂ ਉਹਨਾਂ ਨੂੰ ਅਨਅਵੇਅਰ ਵੀ ਕਹਿ ਸਕਦੇ ਹੈਗੇ ਜਾਂ ਜਾਂ ਉਹਨਾਂ ਨੂੰ ਇੱਦਾਂ ਕਹਿ ਸਕਦੇ ਭਾਈ ਇਹਦਾ ਸੁਭਾਅ ਹੀ ਤਾਂ ਜੀ ਜੀ ਨਹੀਂ ਇਹ ਇਹ ਮੰਨਦੇ ਹਾਂ ਜੀ ਇਸ ਗੱਲ ਨੂੰ। ਅੱਛਾ ਜੇਕਰ ਅਸੀਂ ਹੁਣ ਦੇਖੀਏ ਅੱਗੋਂ ਲਗਭਗ ਜਿੰਨੇ 4 ਸਾਲ ਜਾਂ 3 ਸਾਲ ਤੁਹਾਨੂੰ ਆਸਟ੍ਰੇਲੀਆ ਦੀ ਆਰਮੀ ਦੇ ਵਿੱਚ ਸੇਵਾ ਨਿਭਾਉਂਦਿਆਂ ਹੋ ਗਏ, ਅੱਗੋਂ ਜਿਹੜੇ ਪੋਟੈਂਸ਼ੀਅਲ ਹੈ ਅੱਗੋਂ ਜੇ ਤਰੱਕੀ ਦੇ ਅਸੀਂ ਜਿਹੜੇ ਮੌਕੇ ਨੇ ਉਹਨਾਂ ਵੱਲ ਨਜ਼ਰ ਮਾਰੀਏ ਤਾਂ ਕੀ ਆਸਾਰ ਨੇ ਤੁਹਾਡੇ ਅੱਗੇ ਚੱਲਦਿਆਂ? ਇਹ ਤੁਸੀਂ ਕਰੀਅਰ ਵੱਲ ਕਹਿ ਰਹੇ ਹੋ? ਜੀ ਆਸਟ੍ਰੇਲੀਅਨ ਆਰਮੀ ਦੇ ਵਿੱਚ। ਜੀ ਜੀ ਇਹ ਬਹੁਤ ਸੋਹਣਾ ਕਰੀਅਰ ਹੈਗਾ, ਤੁਹਾਨੂੰ ਬਹੁਤ ਫੈਸਿਲਿਟੀਜ਼ ਮਿਲਦੀਆਂ ਨੇ ਤੇ ਖਾਸ ਕਰ ਜੇ ਮੈਂ ਕਹਿੰਦਾ ਜੇ ਤੁਸੀਂ PR ਜਾਂ ਸੋਰੀ ਸਿਟੀਜ਼ਨ ਹੋ ਗਏ ਹੋ ਤੇ ਅਜੇ ਵਿਆਹ ਨਹੀਂ ਹੋਇਆ ਜੇ ਬੈਚਲਰ ਹੈਗੇ ਹੋ ਸਭ ਇਹ ਤਾਂ ਸਭ ਤੋਂ ਵਧੀਆ ਕਰੀਅਰ ਆ ਜੀ। ਤੁਸੀਂ ਉਹ ਚੀਜ਼ਾਂ ਕਰ ਸਕਦੇ ਹੋ ਜਿਹੜੀ ਤੁਸੀਂ ਸਿਵਲ ਲਾਈਫ ਸਿਵਿਲੀਅਨ ਲਾਈਫ ਦੇ ਵਿੱਚ ਤੁਸੀਂ ਐਕਸਪੀਰੀਅੰਸ ਨਹੀਂ ਕਰ ਸਕਦੇ। ਜੀ ਜੀ ਠੀਕ ਹੈ। ਹੁਣ ਮੈਂ ਬੁਸ਼ ਮਾਸਟਰ ਚਲਾਉਣਾ ਇਹਦਾ ਆਰਮੀ ਦਾ, ਤੁਸੀਂ ਉਹ ਬੁਸ਼ ਮਾਸਟਰ ਸਿਵਿਲੀਅਨ ਨਹੀਂ ਹੈਗਾ, ਤੁਸੀਂ ਸਿਵਿਲੀਅਨ ਲਾਈਫ ਦੇ ਵਿੱਚ ਉਹਨੂੰ ਐਕਸਪੀਰੀਅੰਸ ਨਹੀਂ ਕਰ ਸਕਦੇ। ਬਿਲਕੁਲ। ਜਿਹੜੇ ਵੈਪਨ ਮੈਂ ਚਲਾਉਣਾ ਵਾ ਉਹ ਵੈਪਨ ਤੁਸੀਂ ਸਿਵਿਲੀਅਨ ਲਾਈਫ ਦੇ ਵਿੱਚ ਨਹੀਂ ਤੁਸੀਂ ਚਲਾ ਸਕਦੇ। ਠੀਕ ਹੈ। ਹੋਰ ਵੀ ਕਾਫੀ ਕੁਛ ਹੈਗੇ, ਨਾਲੇ ਤੁਹਾਨੂੰ ਜਾਣ ਪਛਾਣ ਬਣਦੀ ਆ, ਤੁਸੀਂ ਐਜੂਕੇਟ ਕਰਦੇ ਹੋ ਲੋਕਾਂ ਨੂੰ। ਮੈਨੂੰ ਤਾਂ ਜਿੱਦਾਂ ਮਹਾਰਾਜ ਕਿਰਪਾ ਕਰਨ ਸੀ ਏਦਾਂ ਹੀ ਜਿੱਦਾਂ ਚਲਾਉਂਦੇ ਨੇ, ਸਮਤ ਬੁੱਧੀ ਰੱਖਣ, ਮੇਰੇ ਨਾਲ ਤਾਂ ਕੋਈ ਗੱਲ ਕਰਨ ਵਾਸਤੇ ਆਵੇ ਮੈਂ ਕਹਿੰਦਾ ਭਾਈ ਆ ਜਾ ਹੁਣ ਕੋਈ ਗੱਲ ਨੀ ਤੈਨੂੰ ਹੁਣ ਮੈਂ ਦੱਸਾਂ, ਫਿਰ 5 ਕਕਾਰਾਂ ਬਾਰੇ ਉਹਨਾਂ ਦੱਸ ਸਕਦੇ ਕਿ ਸਾਨੂੰ ਮੌਕਾ ਚਾਹੀਦਾ ਉਹਨਾਂ ਨਾਲ। ਬਿਲਕੁਲ ਬਿਲਕੁਲ। ਉਹ ਇੱਕ ਵਧੀਆ, ਤੁਸੀਂ ਇੱਕ ਤਰ੍ਹਾਂ ਅੰਬੈਸਡਰ ਦੇ ਤੌਰ ਤੇ ਇਸ ਵਕਤ ਵਿੱਚ ਰਹੇ ਹੋ ਇਸ ਮਹਿਕਮੇ ਦੇ ਵਿੱਚ, ਔਰ ਮੈਂ ਕਹਿੰਦਾ ਵਾਈਡਰ ਕਮਿਊਨਿਟੀ ਤੱਕ ਆਪਣੀ ਗੱਲ ਕਹਿਣ ਦੇ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ। ਜੀ ਜੀ ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਨਪ੍ਰੀਤ। ਮੈਨੂੰ ਪਤਾ ਹੈ ਤੁਸੀਂ ਇਸ ਵਕਤ ਆਪਣੇ ਪਰਿਵਾਰ ਦੇ ਨਾਲ ਇੱਥੇ ਛੁੱਟੀਆਂ ਕੱਟਣ ਦੀ ਰਾਏ ਹੋਏ ਹੋ, ਔਰ ਸਾਡੇ ਵੱਲੋਂ ਜਿਹੜੀਆਂ ਬੈਸਟ ਵਿਸ਼ਸ ਨੇ ਉਹ ਤੁਹਾਡੇ ਪਰਿਵਾਰ ਦੇ ਨਾਲ, ਤੁਹਾਡੇ ਨਾਲ ਅੱਗੇ ਚੱਲਦੇ ਹਾਂ। ਜਿਹੜੇ ਵੀ ਨੌਜਵਾਨ ਅਤੇ ਮੁਟਿਆਰਾਂ ਇਸ ਖੇਤਰ ਦੇ ਵਿੱਚ ਆਪਣਾ ਨਾਮ ਪੈਦਾ ਕਰਨਾ ਚਾਹੁੰਦੇ ਨੇ, ਆਪਣੀ ਵੱਖਰੀ ਪਛਾਣ ਦੇ ਮੱਦੇਨਜ਼ਰ ਖੁਦ ਮੁਖਤਿਆਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਜੀਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਵਧੀਆ ਚਾਨਣ ਮੁਨਾਰੇ ਦੇ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ, ਔਰ ਸਮਰੱਥ ਗੁਰੂ ਸਿਰ ਹੱਥ ਧਰੇ ਅਸੀਂ ਤਾਂ ਇਹੀ ਆਖਾਂਗੇ। ਸਾਡੀਆਂ ਦੁਆਵਾਂ ਸਾਡੀਆਂ ਅਸੀਸਾਂ ਤੁਹਾਡੇ ਨਾਲ ਨੇ। ਜਾਂਦੇ ਜਾਂਦੇ ਸਾਡੇ ਇੱਥੋਂ ਦੇ ਨਿਊਜ਼ੀਲੈਂਡ ਨੂੰ, ਕਿਉਂਕਿ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਛੋਟਾ ਭਰਾ ਹੈ, ਤਾਂ ਸਾਡੇ ਨਿਊਜ਼ੀਲੈਂਡ 'ਚ ਵੱਸਦੇ ਜਿਹੜੇ ਨੌਜਵਾਨ ਨੇ, ਜਿਹੜੇ ਪ੍ਰਵਾਸੀ ਨੇ, ਜਾਂ ਅੱਗੇ ਚੱਲਦਿਆਂ ਬਹੁਤ ਸਾਰੇ ਬੈਰੀਅਰਸ ਕ੍ਰੋਸ ਕਰਕੇ ਉਹ ਤੁਹਾਡੇ ਵਾਲੀ ਰੁਤਬੇ ਨੂੰ ਪ੍ਰਾਪਤ ਹੋਣਗੇ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੈਨੂੰ ਅਜੇ ਪਤਾ ਨਹੀਂ ਗਾ, ਮੈਂ ਤੇ ਨਿਊਜ਼ੀਲੈਂਡ ਦੇ ਚ ਆਰਮੀ ਦੇ ਕੀ ਕਿੱਦਾਂ ਜਾਣ ਦਾ ਰਸਤਾ ਹੈਗਾ, ਮੈਂ ਇਸ ਕਰਕੇ ਗਾਈਡ ਤਾਂ ਨਹੀਂ ਕਰ ਸਕਦਾ ਹੈਗਾ। ਪਰ ਮੈਂ ਬੇਨਤੀ ਕਰਦਾ ਕਿ ਭਾਈ ਜਿਹੜੇ ਜਿਹੜੇ ਇੱਥੇ ਸਿਟੀਜ਼ਨ ਹੋ ਗਏ ਨੇ, ਤੇ ਜੇ ਇੱਥੇ ਵੀ ਸ਼ਾਇਦ ਰਿਜ਼ਰਵ ਆਰਮੀ ਵਾਲਾ ਹੋਊਗਾ, ਜੇ ਤੁਸੀਂ ਫੁੱਲ ਟਾਈਮ ਆਰਮੀ ਨਹੀਂ ਕਰ ਸਕਦੇ ਹੈਗੇ ਤੇ ਰਿਜ਼ਰਵ ਆਰਮੀ ਤੁਸੀਂ ਜੁਆਇਨ ਕਰ ਲਓ। ਠੀਕ ਹੈ। ਨਾਲੇ ਤੇ ਤੁਹਾਨੂੰ ਹੈਲਦੀ ਤੇ ਫਿੱਟ ਰਹਿਣ ਦਾ ਨਾ ਆਪਣੇ ਆਪ ਨੂੰ ਮੌਕਾ ਮਿਲਣ, ਤੇ ਅਸੀਂ ਲੇਜ਼ੀ ਹੋ ਜਾਂਦੇ ਹਾਂ। ਜੀ ਜੀ ਠੀਕ ਹੈ ਨਾ। ਤੇ ਨਾਲੇ ਤੇ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖੋਗੇ, ਉਸ ਤੋਂ ਬਾਅਦ ਨਾਲੇ ਆਪਣੀ ਦਸਤਾਰ ਦੀ ਪਛਾਣ ਵਾਸਤੇ ਜੇ ਅੰਮ੍ਰਿਤ ਛਕਿਆ ਤੇ ਭਾਈ ਉਹਨਾਂ ਦੱਸੋ ਕਿ ਭਾਈ ਇਹ ਸਾਡੇ ਕਕਾਰ ਨੇ ਨੀ, ਤੇ ਇਹ ਤਾਂ ਕਿਰਪਾਨ ਵੇਖ ਕੇ ਜਾਂ ਕਕਾਰ ਵੇਖ ਕੇ ਸਾਡਾ ਰੂਪ ਵੇਖ ਕੇ ਡਰ ਜਾਂਦੇ ਹੁੰਦੇ ਨੇ, ਜਾਂ ਡਰ ਕੀ ਜਾਂਦੇ ਨੇ ਜਾਂ ਦੂਰ ਦੂਰ ਰਹਿਣ ਦੀ ਗੱਲ ਕਰਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂਜੀ, ਬੈਟਰ ਹੈਗਾ ਕਿ ਇਹਨਾਂ ਦੇ ਵਿੱਚ ਇਨਵੋਲਵ ਹੋ ਕੇ ਤੇ ਇਹਨਾਂ ਨੂੰ ਐਜੂਕੇਟ ਕਰੀ। ਬਹੁਤ ਖੂਬ, ਬਹੁਤ ਚੰਗਾ ਲੱਗਾ ਗੱਲ ਕਰਕੇ ਮਨਪ੍ਰੀਤ ਜੀ। ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਹਮੇਸ਼ਾ ਸਾਰਥਕ ਸੋਚ ਤੁਹਾਡੇ ਅੰਗ ਸੰਗ ਰਹੇ। ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਗੁਰੂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਵੀਰ ਮਨਪ੍ਰੀਤ ਸਿੰਘ, ਜਿਹੜੇ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਨੇ, ਔਰ ਉੱਥੇ ਆਸਟ੍ਰੇਲੀਅਨ ਆਰਮੀ ਦੇ ਵਿੱਚ ਪਹਿਲੇ ਸਾਬਤ ਸੂਰਤ ਸਿੱਖ ਹੋਣ ਦੇ ਨਾਤੇ ਭਰਤੀ ਹੋਏ ਨੇ, ਔਰ ਬਹੁਤ ਮਾਣਮਤੀ ਸ਼ਖਸੀਅਤ ਨੇ। ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਜਿਹੜੀ ਪੋਜ਼ਿਟਿਵ ਝਲਕ ਹੈ, ਜਿਹੜਾ ਸਾਰਥਕਤਾ, ਉਹ ਸਾਫ਼ ਤੌਰ 'ਤੇ ਨਜ਼ਰ ਆਉਂਦੀ ਹੈ। ਇਹ ਸਾਰਥਕਤਾ ਦੁਨੀਆ ਭਰ ਦੇ ਵਿੱਚ ਆਪਾਂ ਕਿਤੇ ਵੀ ਜਾਈਏ, ਇਹ ਸਾਡੇ ਅੰਗ ਸੰਗ ਰਹਿਣੀ ਬਹੁਤ ਜ਼ਰੂਰੀ ਹੈ, ਔਰ ਇਸ ਲਈ ਵਿਸ਼ੇਸ਼ ਤੌਰ 'ਤੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਵੀਰ ਨਵਜੋਤ ਸਿੱਧੂ ਹੁਣਾਂ ਦਾ, ਜਿਨ੍ਹਾਂ ਦੇ ਕੋਲ ਹੈਮਿਲਟਨ ਦੇ ਵਿੱਚ ਇਹ ਵੀਰ ਹੁਣੀ ਆਏ ਹੋਏ ਸਨ, ਅਤੇ ਕੁਦਰਤੀ ਉਦੋਂ ਫਿਰ ਇਹਨਾਂ ਦੇ ਨਾਲ ਇਹ ਰਾਬਤਾ ਜਿਹੜਾ ਉਹ ਕਾਇਮ ਹੋ ਸਕਿਆ। ਸੋ ਬਿਗ ਥੈਂਕਸ ਟੂ ਨਵਜੋਤ ਸਿੱਧੂ ਜੀ, ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੇ ਵਿੱਚ ਸਫਲ ਰਹੇ ਹਾਂ।